ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿੱਚ ਸੁਵਿਧਾਵਾਂ ਦੀ ਕਮੀ ਦੇ ਕਾਰਨ ਭਾਜਪਾ ਵਰਕਰਾਂ ਦੁਆਰਾ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ। ਇਸ ਦੌਰਾਨ ਵਰਕਰਾਂ ਨੇ ਸਰਕਾਰ ਨੂੰ ਹਾਜੀਪੁਰ ਹਸਪਤਾਲ ਵਿੱਚ ਹਰ ਸੁਵਿਧਾ ਦੇਣ ਲਈ ਹਾਜੀਪੁਰ ਦੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਭਾਜਪਾ ਵਰਕਰਾਂ ਨੇ ਵਿਧਾਨ ਸਭਾ ਪ੍ਰਭਾਰੀ ਜੰਗੀ ਲਾਲ ਮਹਾਜਨ ਦੀ ਅਗਵਾਈ ਵਿੱਚ ਧਰਨਾ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਚੇਅਰਮੈਨ ਅਨਿਲ ਵਿਸ਼ਿਸ਼ਟ ਵੀ ਮੌਜੂਦ ਸਨ। ਇਸ ਮੌਕੇ ਜੰਗੀ ਲਾਲ ਮਹਾਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਮੇਂ ਹਸਪਤਾਲ ਵਿੱਚ ਅਪਗ੍ਰੇਡ ਹੋਣਾ ਚਾਹੀਦਾ ਸੀ, ਪਰ ਇਸ ਨੂੰ PHC ਤੋਂ ਬਦਲ ਕੇ CHC ਵਿੱਚ ਕਰ ਦਿੱਤਾ ਗਿਆ ਹੈ। ਅੱਜ ਜਿਹੜਾ ਅਸੀਂ ਧਰਨਾ ਦਿੱਤਾ ਹੈ ਹੋਸਪਿਟਲ ਦੀ ਬਹਬੂਦੀ ਵਾਸਤੇ, ਇੱਥੇ ਧਰਨਾ ਇਸ ਕਰਕੇ ਲਾਉਣਾ ਗਿਆ ਕਿ ਵੀ ਅਸੀਂ ਬੜੀ ਦੇਰ ਤੋਂ ਦੇਖਦੇ ਆ ਰਹੇ ਸੀ ਵੀ ਇੱਥੇ ਟੈਸਟ ਕਰਨ ਵਾਲੀਆਂ ਮਸ਼ੀਨਾਂ ਨਹੀਂ, ਗਰੀਬ ਲੋਕਾਂ ਨੂੰ ਦੂਰ ਦੂਰ ਜਾ ਕੇ ਪੈਸੇ ਵੱਧ ਖਰਚ ਕੱਢ ਕੇ ਟੈਸਟ ਕਰਾਉਣੇ ਪੈਂਦੇ ਆ। ਉਹ ਪਿੱਛੇ ਜੀ ਇੱਥੇ ਇੱਕ ਮਸ਼ੀਨ ਸਾਨੂੰ ਪਤਾ ਲੱਗ ਗਈ ਸੀ ਆਉਣੀ ਹੈ, ਔਰ ਉਹ ਮਸ਼ੀਨ ਇੱਥੇ ਆ ਨਹੀਂ ਸਕੀ। ਉਸ ਮਸ਼ੀਨ ਨੂੰ ਵੀ ਇਸਤੇਮਾਲ, ਜਦਕਿ ਉਹ ਹਾਜੀਪੁਰ ਦੇ ਖਾਤੇ ਦੀ ਮਸ਼ੀਨ ਸੀ ਟੈਸਟ ਕਰਨ ਵਾਲੀ, ਉਹ ਮਸ਼ੀਨ ਨੂੰ ਇਹਨਾਂ ਨੇ ਨਾ ਮੰਗਣ ਕਰਕੇ, ਇਹ ਸਰਕਾਰ ਵੱਲੋਂ ਨਾ ਮਤਲੇ 'ਤੇ ਭੇਜਣ ਕਰਕੇ ਉਹ ਹੋਸਪਿਟਲ ਹੁਸ਼ਿਆਰਪੁਰ ਵਾਲਿਆਂ ਨੇ ਆਪਣੇ ਕੋਲ ਇਸਤੇਮਾਲ ਕਰ ਲਈ। ਹੁਣ ਅਸੀਂ ਦਬਾਅ ਬਣਾ ਰਹੇ ਹਾਂ, ਹੈਲਥ ਡਿਪਾਰਟਮੈਂਟ, ਹੈਲਥ ਮਿਨਿਸਟਰ ਨੂੰ ਵੀ ਅਸੀਂ ਮਿਲੇ ਹਾਂ, ਉਹਨਾਂ ਨੇ ਕਿਹਾ ਵੀ ਅਸੀਂ ਜ਼ਰੂਰ ਛੇਤੀ ਤੋਂ ਛੇਤੀ ਇਹ ਟੈਸਟ ਕਰਨ ਵਾਲੀ ਮਸ਼ੀਨਾਂ ਦਾ ਪ੍ਰਬੰਧ ਕਰਕੇ ਅਸੀਂ ਹਾਜੀਪੁਰ ਹੋਸਪਿਟਲ 'ਚ ਭੇਜਾਂਗੇ। ਇਸੇ ਵਾਸਤੇ ਸੰਕੇਤਕ ਧਰਨਾ ਸੀ, ਔਰ ਉਸੇ ਧਰਨੇ ਦੇ ਵਿੱਚ ਹੀ ਅਸੀਂ ਇਹ ਮੰਗ ਸਰਕਾਰ ਕੋਲ ਅੱਜ ਕੀਤੀ ਹੈ ਕਿ ਇਹ ਹੋਸਪਿਟਲ ਨੂੰ ਦਿਖਾਵੇ ਦੇ ਤੌਰ 'ਤੇ ਵੱਡਾ ਨਾ ਕੀਤਾ ਜਾਏ, ਅਮਲੀ ਤੌਰ 'ਤੇ ਵੱਡਾ ਕੀਤਾ ਜਾਏ, ਤਾਂ ਕਿ ਇੱਥੇ ਸਾਰੀਆਂ ਸੁਵਿਧਾਵਾਂ ਗਰੀਬ ਅਮੀਰ ਪਿਛੜੇ ਜਿਹੜੇ ਵੀ ਲੋਕ ਹੈ ਇਹਨਾਂ ਨੂੰ ਇੱਥੇ ਸੁਵਿਧਾ ਮਿਲ ਸਕੇ। ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ, ਜਿਹੜਾ ਇਹ ਹੋਸਪਿਟਲ ਹਾਜੀਪੁਰ ਵਾਲਾ ਇਹ ਅਪਗ੍ਰੇਡ ਕਰਨ ਲਈ, ਕਿਉਂਕਿ ਇਸ ਹੋਸਪਿਟਲ ਦੇ ਵਿੱਚ ਕੋਈ ਵੀ ਫੈਸਿਲਿਟੀ ਨਹੀਂ ਹੈ, ਸਾਰੇ ਰੈਫਰ ਕਰਨੇ ਪੈਂਦੇ ਆ ਮਰੀਜ਼, ਔਰ ਟੈਸਟ ਵੀ ਜਿਹੜਾ ਡੇਂਗੂ ਦਾ ਟੈਸਟ ਉਹ ਵੀ ਇੱਥੇ ਹੈ ਨਹੀਂ। ਇਸ ਕਰਕੇ ਸੈਮੀ ਆਟੋਮੈਟਿਕ ਜਿਹੜੀ ਐਨਰਜਾਈਜ਼ਰ ਮਸ਼ੀਨ ਹੈ ਉਹ ਹੁਸ਼ਿਆਰਪੁਰ ਪਿਛਲੇ 4 ਸਾਲਾਂ ਦੀ ਪਈ ਸੀ, ਸਾਨੂੰ ਪਤਾ ਲੱਗਾ ਉਸ ਚੀਜ਼ ਬਾਰੇ। ਡੇਂਗੂ ਦਾ ਜਿਹੜਾ ਇੱਕ ਟੈਸਟ ਬਾਹਰ ਹੁੰਦਾ ਉਹ 800-900 ਦਾ ਹੁੰਦਾ, ਜਿਹੜਾ ਹੋਸਪਿਟਲ ਦੇ ਅੰਦਰ ਹੋਣਾ ਗਰੀਬ ਆਦਮੀ ਲਈ 50 ਰੁਪਏ ਦੇ ਵਿੱਚ ਹੋ ਜਾਂਦਾ। ਅਤੇ ਇਸ ਕਰਕੇ ਸਾਡੀ ਮੰਗ ਹੈ ਜਿਹੜਾ ਇਹ ਹੋਸਪਿਟਲ ਨੂੰ ਅਪਗ੍ਰੇਡ ਕੀਤਾ ਜਾਵੇ, ਔਰ ਜਿਹੜੀ ਮਸ਼ੀਨਾਂ ਦੀ ਇੱਥੇ ਕਮੀ ਹੈ ਉਹ ਮਸ਼ੀਨਾਂ ਨੂੰ ਇੱਥੇ ਲਿਆਂਦਾ ਜਾਵੇ। ਸਾਡਾ ਇਹੀ ਹੈ, ਹੋਰ ਕੋਈ ਸਾਡਾ ਨਹੀਂ ਧਰਨਾ ਦੇਣ ਦਾ, ਇਹ ਸੰਕੇਤਕ ਧਰਨਾ। ਇਹ ਤੋਂ ਬਾਅਦ ਆਪਾਂ ਰੋਡ ਵੀ ਜਮ੍ਹਾਂ ਕਰਾਂਗੇ ਜੇ ਇਹ ਨਹੀਂ ਸੁਧਰਿਆ ਤਾਂ। ਪੰਜਾਬ ਸਰਕਾਰ ਤੋਂ ਮੰਗ ਹੈ ਸਾਨੂੰ। ਅੱਜ ਭਾਰਤੀ ਜਨਤਾ ਪਾਰਟੀ ਮੰਡਲ ਹਾਜੀਪੁਰ ਵੱਲੋਂ ਹਾਜੀਪੁਰ ਸਰਕਾਰੀ ਹੋਸਪਿਟਲ ਨੂੰ ਅਪਗ੍ਰੇਡ ਲਈ ਮੰਗ ਪੱਤਰ ਦਿੱਤਾ ਗਿਆ ਹੈ। ਇਸ ਨੂੰ ਅਸੀਂ ਪੰਜਾਬ ਸਰਕਾਰ ਤੱਕ ਪਹੁੰਚਦਾ ਕਰ ਦਿੰਦੇ ਹਾਂ ਜੀ, ਅਤੇ ਪੰਜਾਬ ਸਰਕਾਰ ਨੇ ਅੱਗੇ ਜੋ ਐਕਸ਼ਨ ਲੈਣਾ ਠੀਕ ਹੈ। ਦਸ ਟੈਲਰ ਨਿਊਜ਼ ਲਈ ਹਾਜੀਪੁਰ ਤੋਂ ਪ੍ਰਵੀਨ ਸਹੋਲ ਦੀ ਰਿਪੋਰਟ।